ਤਾਲੀ ਸਾਥੋਂ ਤੋਂ ਬਕਾਇਦਾ ਹੈ ਰੁਹਾਨੀ ਜੋ ਕਰਵਾਇਆ ਜਾ ਰਿਹਾ ਉਸ ਸਮਾਗਮ ਦੇ ਵਿੱਚ ਬਹੁਤ ਸਤਿਕਾਰ ਹੋ ਸਕੇ ਜ਼ਿਲ੍ਹਾ ਭਾਈ ਅਫਸਰ ਨਵੀਨ ਕਰਿਆਲਵੀ ਜੀ ਅਤੇ ਸਤਿਕਾਰਯੋਗ ਪ੍ਰਿੰਸੀਪਲ ਅਜੇ ਦੇਵੀ ਜੀ ਜਿਹੜੇ ਕਿ ਪੰਜਾਬ ਸਰਕਾਰ ਦੇ ਸਟੇਟ ਕਮਾਂਡਿੰਗ ਪ੍ਰਿੰਸੀਪਲ ਨੇ ਉਹਨਾਂ ਦੇ ਨਾਲ ਪ੍ਰਿੰਸੀਪਲ ਖਾਲਸਾ ਇੰਟਰਨੈਸ਼ਨਲ ਸਕੂਲ ਤੋਂ ਉਹਨਾਂ ਔਰ ਗਗਨਦੀਪ ਸਿੰਘ ਬਜਾਜਾ ਦੀ ਸਾਥ ਯੂਕੇ ਤੋਂ ਸਰਜੀਤ ਸਿੰਘ ਘਰ ਜੀ ਤੀਰਥ ਜੀ ਔਰ ਜਿੰਨੀਆਂ ਹੋਰ ਸਾਡੀਆਂ ਹਸਤੀਆਂ ਸਾਹਿਤਕਾਰ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀਆਂ ਵੀ ਕਹਿੰਦਾ ਮੁਬਾਰਕਬਾਦ ਵੀ ਦਿੰਦਾ ਕਿ ਇਸ ਸਮਾਗਮ ਦੇ ਵਿੱਚ ਜਿਹੜੀਆਂ ਲੇਖਾਂ ਵੱਲੋਂ ਕਮੀਆਂ ਵੱਲੋਂ ਨਜ਼ਮਾਂ ਜਿਹੜੀਆਂ ਪੇਸ਼ ਕੀਤੀਆਂ ਉਹ ਇਸ ਤਰ੍ਹਾਂ ਦੀਆਂ ਸਨ ਕਿ ਰੂਹ ਨੂੰ ਜੋੜਦੀਆਂ ਵੀ ਸਨ ਰੂਹ 'ਤੇ ਅਸਰ ਵੀ ਕਰਦੀਆਂ ਸਨ ਅਤੇ ਜਿਹੜੀ ਚੀਜ਼ ਰੂਹ 'ਤੇ ਅਸਰ ਕਰਦੀ ਹੈ ਉਹ ਸਮਾਜ ਨੂੰ ਤਬਦੀਲ ਜਾਂਦੀ ਹੈ ਇਸ ਕਰਕੇ ਤੁਸੀਂ ਬੁਰਾਈ ਦੇ ਪਾਤਰ ਹੋ ਇਹ ਜਿਹੜਾ ਸਮਾਗਮ ਤੁਸੀਂ ਕਰਵਾਇਆ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਗਗਨ ਜੀ ਲਗਾ ਕੇ ਗਏ ਤਾਂ ਮੈਂ ਕਿਉਂਕਿ ਬਹੁਤਿਆਂ ਨੂੰ ਦੱਸਿਆ ਨਹੀਂ ਸੀ ਕਿਉਂਕਿ ਮੇਰੇ ਨਾਲ ਰੋਸ ਪ੍ਰਗਟ ਕਰਦੇ ਸੀ ਜਿਹੜਾ ਅੰਮ੍ਰਿਤਸਰ ਦਾ ਮੇਰੇ ਕੋਲ ਵੱਧ ਵਿਚਾਰ ਸੀ ਉਹ ਮੇਰੇ ਮਿੱਤਰ ਡਾਕਟਰ ਸੁਰੇਸ਼ ਮਹਿਤਾ ਜੀ ਜ਼ਿਲ੍ਹਾ ਭਾਸ਼ਾ ਅਫਸਰ ਬਤੌਰ ਪਠਾਨਕੋਟ ਤੋਂ ਇੱਕ ਉਹਨਾਂ ਦੀ ਬਦਲੀ ਹੋਈ ਤਾਂ ਮੈਨੂੰ ਫਿਰ ਆਪਣੇ ਜ਼ਿਲ੍ਹਾ ਗੁਰਦਾਸਪੁਰ 'ਚ ਹੀ ਰਹਿਣਾ ਪੈ ਗਿਆ ਤਾਂ ਬਹੁਤ ਕਹਿੰਦਾ ਰੋਸ ਸੀ ਮੇਰੇ ਸਾਹਿਤਕਾਰ ਲੇਖਕ ਅੱਜ ਵੀ ਰੋਸ ਕਰਦੇ ਨੇ ਮੈਂ ਅੱਜ ਵੀ ਨਹੀਂ ਦੱਸਿਆ ਕਿ ਤੁਸੀਂ ਸਰ ਬਿਨਾਂ ਦੱਸੇ ਸਾਨੂੰ ਕਿ ਇੱਦਾਂ ਕਿਉਂ ਮਤਲਬ ਕਿਉਂਕਿ ਵਿਭਾਗ ਦੀਆਂ ਆਪਣੀਆਂ ਲੋੜਾਂ ਹੁੰਦੀਆਂ ਔਰ ਕਹਿੰਦੇ ਸੀਗੇ ਤੁਹਾਨੂੰ ਵਧਾਈ ਵੀ ਦੇਣੀ ਹੈ ਤੁਹਾਨੂੰ ਮੁੱਖ ਮਹਿਮਾਨ ਵੀ ਬਣਾਉਣਾ ਫਿਲਮ ਦੇ ਮੁੱਖ ਮਹਿਮਾਨ ਸਾਡੇ ਅਦਾਕਾਰ ਇੱਥੇ ਬੈਠੇ ਸੀ ਉਹ ਚਲੇ ਗਏ ਮੁਸ਼ਾਇਰਾ ਵੀ ਕਰਵਾ ਲਿਆ ਸਨਮਾਨਕਰ ਵੀ ਹੋ ਗਿਆ ਔਰ ਇੱਕ ਤੀਰ ਦੇ ਨਾਲ ਕਈ ਉਦੇਸ਼ ਅਸੀਂ ਪੂਰੇ ਕੀਤੇ ਹਨ ਇਹ ਪ੍ਰੋਗਰਾਮ ਦੀ ਸਫਲਤਾ ਹੈ ਪੰਜਾਬੀ ਭਾਸ਼ਾ ਦੀ ਜਾਂ ਮਾਂ ਬੋਲੀ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਇੱਕ ਗੱਲ ਹਮੇਸ਼ਾ ਕਹਿੰਦਾ ਕਿ ਭਾਸ਼ਾ ਸਾਰਿਆਂ ਦੀ ਸਾਂਝੀ ਹੁੰਦੀ ਹੈ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਬਣਦਾ ਹੈ ਪਰ ਇਹ ਕਿਤੇ ਨਹੀਂ ਲਿਖਿਆ ਕਿ ਜਿਸ ਮਾਂ ਬੋਲੀ ਨੇ ਤੁਹਾਨੂੰ ਜਨਮ ਤੋਂ ਲੈ ਕੇ ਹੁਣ ਤੱਕ ਵਿਕਾਸ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਉਹਨੂੰ ਤੁਸੀਂ ਘਰੋਂ ਕੱਢਦੇ ਹੋ ਅਤੇ ਜਦੋਂ ਮੈਂ ਵੱਖ ਵੱਖ ਖੇਤਰਾਂ ਦੇ ਵਿੱਚ ਆਪਣੀ ਡਿਊਟੀ ਕਰਨ ਲਈ ਜਾਂਦਾ ਰਿਹਾ ਭਾਸ਼ਾ ਦੇ ਆਧਾਰ 'ਤੇ ਤਾਂ ਮੈਂ ਮਹਿਸੂਸ ਕੀਤਾ ਕਿ ਇਹ ਯਕੀਨ ਦਿਵਾਉਣ ਦੇ ਲਈ ਕਿ ਪੰਜਾਬੀ ਭਾਸ਼ਾ ਦੇ ਵਿੱਚ ਇਹ ਚੀਜ਼ ਕਿਉਂ ਹੋਣੀ ਚਾਹੀਦੀ ਹੈ ਮੈਨੂੰ ਜਦੋਂ ਜਦ ਕਰਨੀ ਪੈਂਦੀ ਹੈ ਪੰਜਾਬ ਦੇ ਵਿੱਚ ਜਦੋਂ ਜਹਿਦ ਕਰਨੀ ਪੈਂਦੀ ਹੈ ਵਿਦੇਸ਼ਾਂ ਦੇ ਵਿੱਚ ਯੂਕੇ ਤੋਂ ਡਾਕਟਰ ਸਾਹਿਬ ਆਏ ਨੇ ਮਾਂ ਬੋਲੀ ਦੇ ਲਈ ਉਹ ਇੰਨਾ ਮਹਿਸੂਸ ਕਰਦੇ ਆ ਸਾਡੇ ਨਾਲ ਮਾਂ ਬੋਲੀ 'ਚ ਗੱਲਾਂ ਹੋ ਵਾਕਿਆ ਜਿਹੜਾ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ ਉਹ ਸਮਝ ਲਓ ਉਹਦਾ ਆਪਣਾ ਜੀਵਨ ਦਾ ਹਾਕੀ ਖੂਹ ਬੈਠਦਾ ਹੈ ਮਾਂ ਬੋਲੀ ਦੀ ਮਹਾਨਤਾ ਬਹੁਤ ਹੁੰਦੀ ਹੈ ਦੂਜੀਆਂ ਭਾਸ਼ਾਵਾਂ ਨੂੰ ਸਿੱਖਣ ਲਈ ਵੀ ਮਾਂ ਬੋਲੀ ਉਹਦਾ ਆਧਾਰ ਬਣਦੀ ਹੈ ਭਾਸ਼ਾਵਾਂ ਦੀ ਆਪਸੀ ਸਾਂਝ ਬਹੁਤ ਹੈ ਅਸੀਂ ਦੁਬਾਰਾ ਆਪਣੀਆਂ ਖੜੀਆਂ ਕਰ ਲਈਆਂ ਇਹ ਸਾਡੀ ਦਵਾਇਤੀ ਹੈ ਭਾਸ਼ਾ ਦੀ ਕੋਈ ਨਹੀਂ ਹਰ ਭਾਸ਼ਾ ਦੀ ਆਪਣੀ ਅਮੀਰੀ ਹੁੰਦੀ ਹੈ ਪਰੰਤੂ ਜਿਹੜੀ ਮਾਂ ਬੋਲੀ ਹੈ ਤੁਹਾਡੀ ਆਪਣੀ ਪੰਜਾਬੀ ਹੈ ਸਾਡੇ ਪੰਜਾਬ ਦੀ ਰਾਜ ਭਾਸ਼ਾ ਹੈ ਇਹਦੇ ਵਿੱਚ ਸਾਨੂੰ ਹੱਥ ਰੱਖ ਕੇ ਮਾਣ ਕਰਨਾ ਚਾਹੀਦਾ ਅੱਜ ਜੇ ਅਸੀਂ ਇਹਨਾਂ ਮੰਚਾਂ 'ਤੇ ਗੱਲ ਕਰ ਰਹੇ ਹਾਂ ਤਾਂ ਆਪਣੀ ਮਾਂ ਬੋਲੀ ਦੀ ਸੰਖਿਆ ਕਰ ਰਹੇ ਅਗਲੀ ਅੰਮ੍ਰਿਤਸਰ ਜ਼ਿਲ੍ਹੇ ਦਾ ਕਰਜ਼ ਤਾਂ ਮੈਂ ਦੇ ਹੀ ਨਹੀਂ ਸਕਦਾ ਢਾਈ ਸਾਲਾਂ 'ਚ ਆਇਆ ਮੈਨੂੰ ਕਦੇ ਨਹੀਂ ਲੱਗਿਆ ਕਿਉਂਕਿ ਮੇਰੇ ਵਿਭਾਗ ਦੇ ਵਿੱਚ ਮੈਂ ਜਾਂ ਇੱਕ ਅੱਧਾ ਕਰਮਚਾਰੀ ਕੋਈ ਹੋਰ ਹੁੰਦਾ ਸੀ ਅਤੇ ਜ਼ਿਲ੍ਹਾ ਬਹੁਤ ਵੱਡਾ ਸੀ ਅਤੇ ਕੰਮ ਬਹੁਤ ਜ਼ਿਆਦਾ ਸੀ
ਨਾ ਤਾਂ ਕਦੇ ਮੈਂ ਤੁਹਾਨੂੰ ਮਹਿਸੂਸ ਹੋਣ ਦਿੱਤਾ ਸਾਰਿਆਂ ਨੂੰ, ਅਤੇ ਨਾ ਤੁਸੀਂ ਮੈਨੂੰ ਮਹਿਸੂਸ ਹੋਣ। ਮੈਨੂੰ ਮਾਣ ਹੈ ਕਹਿੰਦੇ ਕੁਰਸੀ 'ਤੇ ਜਦੋਂ ਤੁਸੀਂ ਬੈਠਦੇ ਹੋ ਕੁਰਸੀ ਬੋਲਣੀ ਚਾਹੀਦੀ ਹੈ, ਜੇ ਕੁਰਸੀ ਨਹੀਂ ਬੋਲਦੀ ਤਾਂ ਉੱਥੇ ਬੈਠਣ ਦਾ ਤੁਹਾਡਾ ਵਿਚਾਰ ਨਹੀਂ। ਜਿੱਦਣ ਬਤਾਓ ਜ਼ਿਲ੍ਹਾ ਭਾਸ਼ਾ ਅਫਸਰ ਗੁਰਦਾਸਪੁਰ ਮੈਂ ਹਾਜ਼ਰ ਹੋਇਆ ਅਤੇ ਮੈਂ ਇੱਕ ਗੱਲ ਸੋਚੀ ਸੀ, ਇਸ ਕੁਰਸੀ 'ਤੇ ਬੈਠਣ ਆਇਆ ਜੇ ਮੈਂ ਕੁਝ ਕਰ ਸਕਿਆ, ਜੇ ਨਾ ਕਰ ਸਕਿਆ ਤਾਂ ਫਿਰ ਕੁਰਸੀ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਤੁਸੀਂ ਬੇਇਨਸਾਫੀ ਕਰਦੇ। ਮੈਨੂੰ ਮਾਣ ਹੈ ਕਿ ਗੁਰਦਾਸਪੁਰ 'ਤੇ ਚਲੋ ਮੈਂ ਆਈ ਹੈ, ਇੱਥੇ ਵਾਧੂ ਚਾਰਜ ਸੀ, ਪਰ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਜੇ ਮੈਂ ਹਫ਼ਤੇ 'ਚ ਇੱਕ ਦਿਨ ਇੱਥੇ ਆਉਂਦਾ ਸੀ ਤਾਂ ਮੇਰੇ ਕਿ ਇਹ ਕੰਮ 'ਚ ਕਮੀ ਹੋ। ਜਿੰਨਾ ਕੰਮ ਗੁਰਦਾਸਪੁਰ 'ਚ ਉਹਨਾਂ ਆਉਣ ਸੀ। ਪਹਿਲਾ ਫੰਕਸ਼ਨ ਮੈਂ ਇਹ ਗੱਲਾਂ ਦਾ ਤੁਹਾਡਾ ਤਾਂ ਕਰ ਰਿਹਾ ਕਿਉਂਕਿ ਮੈਂ ਹੁਣ ਅੰਮ੍ਰਿਤਸਰ ਦਾ ਜ਼ਿਲ੍ਹਾ ਭਾਸ਼ਾ ਅਫਸਰ ਤਾਂ ਨਹੀਂ ਹੈਗਾ, ਪਰ ਤੁਸੀਂ ਮੈਨੂੰ ਮਾਣ ਬਖਸ਼ਿਆ ਉਸ ਤੋਂ ਸੱਦ ਕੇ ਫਿਰ ਇਸ ਮੰਚ 'ਤੇ ਲੈ ਜਾਂਦਾ, ਤੁਹਾਡਾ ਧੰਨਵਾਦ ਕਰਦਾ। ਯੂਨੀਵਰਸਿਟੀ 'ਚ ਦਾ ਪਹਿਲਾ ਫੰਕਸ਼ਨ ਕਰਵਾਇਆ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਤੇ, ਉਹ ਅੱਜ ਵੀ ਕਹਿੰਦੇ ਆ ਕਿ ਭਾਸ਼ਾ ਵਿਭਾਗ ਤੁਸੀਂ ਸਾਡੇ ਰੂਪਾਂ 'ਤੇ ਲਿਆਓ। ਔਰ ਪਹਿਲੀ ਰੂਬਰੂ ਮੈਂ ਕਰਵਾਈ ਸੀ, ਮੇਰੀ ਇੱਛਾ ਸੀ ਕਿ ਜਿਹੜਾ ਮੈਂ ਫੰਕਸ਼ਨ ਕਰਾਵਾਂ ਉਹ ਵੀ ਯਾਦਗਾਰੀ ਅਤੇ ਇਤਿਹਾਸਿਕ ਹੋਵੇ। ਉਹ ਮੈਂ ਰੂਬਰੂ ਕਰਵਾਈ ਸੀਗੀ, ਉਹ ਪਦਮ ਸ਼੍ਰੀ ਸੀਗੇ, ਉਹ ਡੀਲਿਟ ਸੀਗੇ ਔਰ ਚਾਂਸਲਰ ਸੀਗੇ ਗੁਰਮੀਤ ਬਾਵਾ ਜੀ ਦੀ। ਪਹਿਲੀ ਸ਼ੁਰੂਆਤ ਮੈਂ ਯੂਨੀਵਰਸਿਟੀ ਇੱਥੇ ਕੀਤੀ ਸੀ, ਔਰ ਜਿਸ ਯੂਨੀਵਰਸਿਟੀ ਤੋਂ ਮੈਂ ਪੜ੍ਹਿਆ ਸੀ ਉਸ ਯੂਨੀਵਰਸਿਟੀ 'ਚ ਬਹੁਤ ਸਾਰੇ ਸੁਧਾਰ ਕੰਮ ਮੈਂ ਖੁਦ ਕਰਵਾ ਕੇ ਆਇਆ। ਭਾਸ਼ਾ ਦੇ ਆਧਾਰ 'ਤੇ ਮੈਨੂੰ ਮਾਣ ਹੈ, ਡੀ ਸੀ ਸਾਹਿਬ ਮੈਨੂੰ ਨਿੱਘੀ ਰੂਪ 'ਚ ਇੰਨਾ ਸਤਿਕਾਰ ਕਰਦੇ ਨੇ, ਉਹਨਾਂ ਦਾ ਸਤਿਕਾਰ। ਮੈਂ ਉਹ ਸਾਰੇ ਕੋਨੇ ਦੇਖੇ ਜਿੱਥੇ ਭਾਸ਼ਾ ਵਿਭਾਗ ਗਿਆ ਨਹੀਂ ਸੀ। ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਕਦੇ ਕਵੀ ਦਰਬਾਰ ਨਹੀਂ ਹੁੰਦੇ, ਜਿਹੜੀ ਗੱਲ ਤੁਸੀਂ ਕੀਤੀ, ਮੈਂ ਉੱਥੇ ਕਵੀ ਦਰਬਾਰ ਹੋਇਆ। ਔਰ ਡਾਕਟਰ ਮੇਰੇ ਨਾਲ ਸਾਰੇ ਜੁੜ ਗਏ, ਰੁਜ਼ਗਾਰ ਵਿਭਾਗ ਸੀ, ਜਿੰਨੇ ਕਾਲਜ ਸੀਗੇ, ਖਾਲਸਾ ਕਾਲਜ, ਡੀਡੀ ਕੇ ਡੀ ਏ ਵੀ ਕਾਲਜ, ਐਡੀਵ ਸੰਸਥਾਵਾਂ, ਉਹਨਾਂ ਕੋਨਿਆਂ 'ਚ ਲੈ ਕੇ ਵਪਾਰਕ ਅਦਾਰਿਆਂ ਦੇ ਵਿੱਚ ਮੈਨੂੰ ਇੰਨਾ ਸਹਿਯੋਗ ਦਿੱਤਾ। ਮੈਂ ਜਿੱਥੇ ਜਿੱਥੇ ਜਾਂਦਾ ਸੀ ਉਹ ਬੜੇ ਖੁਸ਼ ਹੁੰਦੇ ਸੀ, ਉਹਨਾਂ ਆਪਣੇ ਬੋਰਡ ਬਣਦੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ। ਔਰ ਮੈਨੂੰ ਇੱਕ ਹੋਰ ਮਾਣ ਹੈ ਕਿ ਜਿਹੜਾ 10 ਅਕਤੂਬਰ ਨੂੰ ਇੱਥੇ ਫੰਕਸ਼ਨ ਮੁਕਾਬਲੇ ਹੋਣੇ ਹੈ, ਉਹ 'ਚ ਅੰਜਨੀ ਕਾਲਜ, ਕਮਰਸ ਦੇ ਕਾਲਜ, ਇਸ ਅੰਮ੍ਰਿਤਸਰ ਜ਼ਿਲ੍ਹੇ ਦੇ ਹਰ ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ, ਹਰ ਸਕੂਲਾਂ ਦੇ ਵਿੱਚ। ਪ੍ਰਿੰਸੀਪਲ ਅਜੇ ਮੇਰੀ ਜੀ ਦਾ ਸਕੂਲ ਗਿਆ ਕਿਉਂਕਿ ਅਸੀਂ ਸਥਾਨ ਹੀ, ਔਰ 250 ਤੋਂ ਵੱਧ ਭਾਗੀਦਾਰੀ ਉਹਦੇ ਵਿੱਚ ਹੋਏਗੀ। ਮੈਂ ਇਸ ਕਰਕੇ ਮਾਣ ਕਰਦਾ ਕਿ ਜਿਸ ਕੁਰਸੀ 'ਤੇ ਆਪਾਂ ਬੈਠੇ ਸੀ ਤੁਹਾਡੇ ਸਹਿਯੋਗ ਦੇ ਨਾਲ ਉਹਨਾਂ ਕੰਮਾਂ 'ਚ ਮੈਨੂੰ ਸਫਲਤਾ ਮਿਲੀ।